हाँ जी, किदां जटों आ गया तुहाडे वास्ते फिर तो एक नवां गेम प्ले लै गए। तो अज आप जा रहे भुखी नंगी जगह पर, जाने की जॉर्जपुर। तो ऐले गेम प्ले च मतलब मैं इन्नियां गेमां ला चुके सी, मेरे तो अज चिकन डिनर हो ही नहीं रहा सी। किन्नियां ही गेमां ला बैठा सी पर एंड से जाके मैं मर जांदा सी। तो ऐली गेम विच भी कुछ इदां ही हुंदा है। वेखो अगे फिलहाल अपने नाल वाले कंटेनर से उतरिया हुंदा एक बंदा, हुण वेखो आपां उहनूं किवें छिलने आ। ਇਹ ਬੰਦੇ ਨੇ ਲਾਇਆ ਹੁੰਦਾ ਸੋਲੋ ਵਰਸਿਸ ਸਕੁਆਡ, ਪਰ ਇਹਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਮਤਲਬ ਉਤਰਿਆ ਹੁੰਦਾ ਕੱਬਾ, ਜਿਹੜਾ ਬਣਾ ਦਿੰਦਾ ਮਿੰਟਾਂ 'ਚ ਡੱਬਾ। ਅਤੇ ਇਹਦਾ ਡੱਬਾ ਬਣਾਉਣ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਅੱਗੇ, ਲੱਭਾਂਗੇ ਇੱਥੇ ਕੋਈ ਹੀਲਿੰਗ, ਅਤੇ ਫਿਰ ਆਪਾਂ ਚਿਲਨੇ ਆ। ਵੇਖੋ ਬੰਦੇ, ਹੁਣ ਇੱਥੋਂ ਮੈਨੂੰ 5 ਬੈਂਡੇਜਾਂ ਮਿਲ ਜਾਂਦੀਆਂ। ਹੁਣ ਉਹ 5 ਬੈਂਡੇਜਾਂ ਜਿੱਦਾਂ ਹੀ ਮੈਂ ਲਾ ਰਿਹਾ ਹੁੰਦਾ, ਸਾਹਮਣੇ ਮੇਰੇ ਇੰਨੇ ਸਾਰੇ ਬੰਦੇ ਹੁੰਦੇ ਨੇ, ਮੈਂ ਆਪ ਸੋਚਣ ਲੱਗ ਜਾਵਾਂ ਵੀ ਪਹਿਲਾਂ ਮੈਂ ਹੀਲਿੰਗ ਕਰਾਂ ਕਿ ਪਹਿਲਾਂ ਮੈਂ ਇਹਨਾਂ ਨੂੰ ਮਾਰਾਂ, ਪਰ ਮੈਂ ਨਾਲ ਨਾਲ ਹੀਲਿੰਗ ਵੀ ਕਰੀ ਜਾਂਦਾ, ਨਾਲ ਨਾਲ ਮੈਂ ਉਹਨਾਂ ਨੂੰ ਮਾਰੇ ਵੀ ਜਾਂਦਾ। ਵੇਖੋ ਹੁਣ ਇੱਥੇ ਜੱਟੋ ਇੰਨੇ ਬੰਦੇ ਆਏ ਹੁੰਦੇ ਨੇ ਵੀ ਮਤਲਬ ਕਈਆਂ ਨੂੰ ਤਾਂ ਗਨ ਵੀ ਨਹੀਂ ਮਿਲਦੀ, ਬਸ ਐਵੇਂ ਹੀ ਭੱਜੀ ਜਾਂਦੇ ਨੇ ਇੱਧਰ ਉੱਧਰ। ਅਤੇ ਹੁਣ ਬਿਲਕੁਲ ਮੇਰੇ ਸਾਹਮਣੇ ਵੇਖੋ 2 ਬੰਦੇ ਹੁੰਦੇ ਨੇ, ਹੁਣ ਵੇਖੋ ਇਹਨਾਂ ਨੂੰ ਕਿਵੇਂ ਛਿਲਨੇ ਆਪਾਂ। ਇੱਕ ਨੂੰ ਨੌਕ ਕੀਤਾ, ਇਹਨੂੰ ਫਿਨਿਸ਼ ਕਰਨ ਦੀ ਕੋਸ਼ਿਸ਼ ਕਰਨਾ ਪਰ ਉਹ ਥੱਲੇ ਉਤਰ ਜਾਂਦਾ। ਹੁਣ ਮੇਰੇ ਕੋਲ ਐਮੋ ਵੀ ਨਹੀਂ ਹੁੰਦੀ, ਫਿਰ ਮੈਂ ਸੋਚਣਾ ਵੀ ਰਸ਼ ਕਰਨਾ ਠੀਕ ਨਹੀਂ ਰਹੇਗਾ ਕਿਉਂਕਿ ਉਹਨਾਂ ਕੋਲ ਵੀ ਗਨ ਹੁੰਦੀ ਹੈ। ਹੁਣ ਫਿਰ ਮੈਂ ਦੂਸਰੇ ਵੇਅਰ ਹਾਊਸ 'ਚ ਜਾ ਕੇ ਐਮੋ ਲੱਭਣਾ ਪਹਿਲਾਂ, ਪਰ ਇੱਥੇ ਵੀ ਮੈਨੂੰ ਕੋਈ ਐਮੋ ਨਹੀਂ ਮਿਲਦੀ। ਇਹਨਾਂ ਨੂੰ ਆ ਜਾਂਦਾ ਪਿੱਛੇ ਆਪਣਾ ਪੱਕਾ ਹੀ ਆਰ ਵੈਲੀ ਫ੍ਰੀ ਫਾਇਰ ਦਾ ਪਲੇਅਰ। ਅਤੇ ਇਹਨੂੰ ਆਪਾਂ ਆਪਣਾ ਆਸ਼ੀਰਵਾਦ ਦੇ ਕੇ ਇਹਨੂੰ ਆਪਾਂ ਸ਼ਾਂਤੀ ਬਖਸ਼ ਕੇ, ਅਤੇ ਹੁਣ ਆਪਾਂ ਲੱਭਾਂਗੇ ਇੱਥੇ ਐਮੋ, ਪਰ ਇੱਥੇ ਮੈਨੂੰ ਐਮੋ ਨਹੀਂ ਲੱਭਦੀ। ਫਿਰ ਮੈਂ ਸੋਚਣਾ ਵੀ ਜਿਹੜਾ ਆਪਣਾ ਪੱਕਾ ਯਾਰ ਵੇਲੀ ਆਇਆ ਸੀ, ਜਿਹਨੂੰ ਆਪਾਂ ਕੀ ਜ਼ੋਮੈਟੋ ਤੋਂ ਮੰਗਾਇਆ ਸੀ ਡਿਲੀਵਰੀ ਕਰਨ ਵਾਸਤੇ ਗਨ ਗੁਨ ਦੀ, ਫਿਰ ਉੱਥੋਂ ਆਪਾਂ ਜਾ ਕੇ ਚੱਕਾਂਗੇ ਗਨ ਅਤੇ ਨਾਲ ਚੱਕਾਂਗੇ ਐਮੋ, ਅਤੇ ਫਿਰ ਵੇਖੋ ਕਿਵੇਂ ਆਪਾਂ ਛਿਲਨੇ ਆ ਬੰਦੇ। ਹੁਣ ਜਿੱਦਾਂ ਹੀ ਮੈਂ ਕ੍ਰੇਟ ਟੁੱਟਣ ਜਾਂਦਾ ਅਤੇ ਆ ਸਾਹਮਣੇ ਇੱਕ ਬੰਦਾ ਵੇਖੋ, ਮਤਲਬ ਗਰੀਬ ਪਤਾ ਨਹੀਂ ਕਿੱਧਰ ਹੀ ਭਟਕ ਗਿਆ ਫਿਰਦਾ ਸੀ। ਇਹਦਾ ਸਾਰੇ ਇਸ ਜੋਰਜ ਪੂਲ 'ਚ ਪੂਰੇ 'ਚ ਇਹਦਾ ਰੇਪ ਕਰਨ ਨੂੰ ਫਿਰ ਰਹੇ ਸੀ, ਪਰ ਐਂਡ ਦੇ ਆ ਗਿਆ ਮੇਰੇ ਕੋਲ ਆਉਂਦਾ ਅਤੇ ਮੈਂ ਇਹਦੀ ਜਾਨ ਬਚਾ ਲੈਣਾ ਅਤੇ ਮੈਨੂੰ ਸ਼ਾਂਤੀ ਬਖਸ਼ ਦੇਣਾ। ਸ਼ਾਂਤੀ ਬਖਸ਼ਣ ਤੋਂ ਬਾਅਦ ਹੁਣ ਆਪਾਂ ਇੱਥੇ ਚੱਕ ਲੈਂਦੇ ਹਾਂ ਬੈਰਲ, ਅਤੇ ਇਹਨੇ ਨੂੰ ਮੇਰਾ ਟੀਮ ਤੋਂ ਆ ਜਾਂਦਾ ਨੌਕ। ਹੁਣ ਵੇਖੋ ਆਪਾਂ ਉਹਲੇ ਬੰਦੇ ਨੂੰ ਕਿਵੇਂ ਛਿੰਨੇ ਹਾਂ। ਇਹ ਆਖਰੀ ਬੰਦਾ ਹੁੰਦਾ ਪੂਰੇ ਜੋਰਜ ਪੂਲ 'ਚ। ਆਖਰੀ ਬੰਦਾ ਨਹੀਂ ਹੁੰਦਾ ਪੂਰੇ ਜੋਰਜ ਪੂਲ 'ਚ। ਹੁਣ ਜਿੱਦਾਂ ਹੀ ਇਹਨੂੰ ਮਾਰਨੇ ਆ, ਅਸੀਂ ਸੋਚਦੇ ਜੋਰਜ ਪੂਲ ਹੋ ਜਾਂਦਾ ਖਾਲੀ, ਪਰ ਮੈਂ ਪਿੱਛੇ ਵੇਖਣਾ ਘੁੰਮ ਕੇ ਕੋਈ ਹੈਗਾ ਤਾਂ ਨਹੀਂ ਹੈਗਾ, ਪਰ ਐਟ ਦੀ ਐਂਡ ਇੱਕ ਨਾ ਇੱਕ ਕੈਂਪਰ ਜ਼ਰੂਰ ਹੁੰਦਾ ਜਿਹੜਾ ਮੇਰੇ ਸਾਲੇ ਦਾ ਇੰਨਾ ਜ਼ਹਿਰੀ ਹੁੰਦਾ ਵੀ ਉਹਨੂੰ ਜੋ ਮਰਜ਼ੀ ਦੇ ਦਿਉ ਉਹਨੇ ਮਤਲਬ ਪੁੱਠਾ ਕੰਮ ਕਰਨਾ ਹੀ ਕਰਨਾ। ਅਤੇ ਇਹ ਸੱਪ ਦੇ ਬੱਚੇ ਕਦੇ ਨਹੀਂ ਸੁਧਰ ਸਕਦੇ। ਉਹ ਵੇਖੋ ਕਿੱਧਰ ਮਤਲਬ ਟਾਵਰ 'ਤੇ ਚੜ੍ਹ ਕੇ ਬੈਠਾ, ਅਤੇ ਮੇਰੇ ਟੀਮਮੇਟ ਨੂੰ ਇੱਥੇ ਕਰ ਦਿੰਦਾ ਨੌਕ, ਅਤੇ ਮੈਂ ਆਪਣੀ ਜਾਨ ਬਚਾਉਣਾ ਵੀ ਕਿਉਂਕਿ ਇਹ ਮੈਨੂੰ ਵੀ ਮਾਰ ਸਕਦਾ ਸੀ। ਉੱਪਰੋਂ DP ਲੈ ਕੇ ਬੈਠਾ ਸੀ ਵਿਦ 4X, ਪਰ ਇੱਥੇ ਮੈਂ ਔਖਾ ਸੌਖਾ ਬਚ ਜਾਂਦਾ, ਪਰ ਇਹ ਮੇਰੇ ਟੀਮਮੇਟ ਨੂੰ ਕਰ ਦਿੰਦਾ ਪੂਰਾ ਫਿਨਿਸ਼। ਇੱਥੇ ਮੈਂ ਆਪਣੇ ਟੀਮਮੇਟ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕਰਨਾ, ਜੋ ਵੀ ਹੁੰਦਾ ਮੇਰੇ ਕੋਲ 1 ਹੀ ਸਮੋਕ ਹੁੰਦੀ ਉਹ ਵੀ ਮੈਂ ਕਰ ਦਿੰਦਾ, ਪਰ ਉਹ ਸਾਲਾ ਇੰਨਾ ਯਾਰੀ ਹੁੰਦਾ ਸੱਪ, ਉਹ ਉੱਪਰ ਹੀ ਲੇਟਿਆ ਹੁੰਦਾ ਅਤੇ ਮਤਲਬ ਖਾ ਜਾਂਦਾ ਮੇਰੇ ਟੀਮਮੇਟ ਨੂੰ ਪੂਰਾ। ਹੁਣ ਇੱਥੇ ਮੈਂ ਜੰਪ ਕਰਕੇ ਵੇਖਣਾ ਮਤਲਬ ਵੇਅਰ ਹਾਊਸ ਦੇ ਉੱਪਰ ਕੋਈ ਐਂਗਲ ਤਾਂ ਨਹੀਂ ਬਣ ਰਿਹਾ ਜਿੱਥੋਂ ਮੈਨੂੰ ਮਾਰ ਸਕੇ, ਕਿਉਂਕਿ ਮੈਂ ਆਪਣੇ ਟੀਮਮੇਟ ਨੂੰ ਬਚਾਉਣਾ ਸੀ। ਜਿੱਦਾਂ ਹੀ ਹੁਣ ਟੀਮਮੇਟ ਨੂੰ ਬਚਾਉਣ ਜਾਂਦਾ ਇੱਥੇ ਆ ਜਾਂਦਾ ਫ੍ਰੀ ਫਾਇਰ ਦਾ ਪਲੇਅਰ, ਉੱਪਰੋਂ ਮੇਰੀ ਗਨ ਸਿੰਗਲ 'ਤੇ ਸੀ। ਇਹਨੂੰ ਵੀ ਮਾਰ ਦਿੰਦੇ ਆਪਾਂ ਕਈ ਵਾਰ, ਤਾਂ ਇਹ ਸਾਲੇ ਇੰਨਾ ਡੈਮੇਜ ਦੇ ਦਿੰਦੇ ਨੇ ਵੀ ਕਿ ਮਤਲਬ ਬਚਣਾ ਹੀ ਔਖਾ ਹੋ ਜਾਂਦਾ। ਮੇਨਾ ਤਾਂ ਕਈ ਵਾਰੀ ਹੋਇਆ ਕਿ ਮੈਨੂੰ ਬੋਟ ਹੀ ਮਾਰ ਜਾਂਦੇ ਨੇ, ਪਰ ਹੁਣ ਆਪਾਂ ਆਪਣੇ ਟੀਮਮੇਟ ਦਾ ਬਦਲਾ ਲੈਣਾ ਸੀ ਅਤੇ ਕੈਂਪਰ ਨੂੰ ਕੈਂਪਰ ਬਣ ਕੇ ਹੀ ਮਾਰ ਸਕਦੇ ਹਾਂ। ਅਤੇ ਮੈਂ ਇੱਥੇ ਆ ਕੇ ਜਿਹੜਾ ਕਿ ਸਕੁਆਡ ਹਾਊਸ ਹੈ ਬਿਲਕੁਲ ਜੋਰਜ ਪੂਲ ਦੇ ਸਾਹਮਣੇ, ਉੱਥੇ ਆ ਕੇ ਮੈਂ ਕੈਂਪ ਕਰਨ ਲੱਗ ਪੈਣਾ। ਥੋੜ੍ਹੀ ਦੇਰ ਬਾਅਦ ਉਹ ਵੀ ਆ ਜਾਂਦਾ ਕਿਉਂਕਿ ਜ਼ੋਨ ਵੀ ਆ ਰਿਹਾ ਹੁੰਦਾ, ਉਹਨੇ ਵੀ ਜ਼ੋਨ ਚਾਹਣਾ ਹੁੰਦਾ। ਹੁਣ ਵੇਖੋ ਉਹਨੂੰ ਕਿਵੇਂ ਮਾਰਨੇ ਆਪਾਂ। ਇੱਥੇ ਉਹ ਬਿਲਕੁਲ ਓਪਨ 'ਚ ਲੇਟ ਜਾਂਦਾ, ਹੁਣ ਮੈਨੂੰ ਟੈਪ ਟੈਪ ਮਾਰਨਾ, ਪਰ ਇਸ ਤੋਂ ਬਾਅਦ ਜਿਹੜੀ ਸਪਰੇਅ ਹੈ ਤੁਸੀਂ ਉਹ ਸਪਰੇਅ ਵੇਖੋਗੇ, ਤੁਹਾਡੀ ਅੱਖਾਂ ਨੂੰ ਮੋਤੀਆ, ਤੁਹਾਡੀ ਅੱਖਾਂ ਦੀ ਰੋਸ਼ਨੀ ਸਭ ਕੁਝ ਜਾ ਸਕਦਾ, ਮਤਲਬ ਕੁਝ ਵੀ ਹੋ ਸਕਦਾ। ਅਤੇ ਮੈਂ ਕਹਾਂਗਾ ਵੀ ਕਿ ਬੱਚੇ ਨਾ ਹੀ ਵੇਖਣ ਉਹ ਸਪਰੇਅ।
मतलब तुसी देख रहे हो भी इन्नी बेइज्जती कराण तो बाद भी मैं हजे फिर भी स्कोप इन करके उन्हें मार रहा भी कि शायद वो एक अद्धी गोली वज जाए, पर कित्थे मैं बहुत ढीठ हाँ, मैं फिर भी उन्हें मारता रहना, स्प्रे मारता रहना। पर अपने ढीठपुणे तो बाद मैं सोचना हूँ अपने टीममेट का बदला लेना ही लेना जिदा मर्जी। फिर मैं अपनी चकना गड्डी तो मैं सीधा जाके वजना वो हिक दे विच, हुण वेखो आप मत्था किवें पाड़ने जाके सीधा। वह तो मैं दिता हुआ सी थोड़ा डैमेज तो मैं आके सीधा मार देना। जे किधरे मेरे तो पहला आ गया तो सप्प बन जाता तो मैं आ जाता तो मेरी खैर नहीं सी। तुहानू भी पता कि सप्प किन्ने जहरीले होंदे ने पबजी च। पर खैर अपने टीममेट का बदला लैण तो बाद हुण आपां जांदे आ स्कूल ते इत्थे हो रही फाइट ते बिल्कुल मैनू सामने एक बंदा विकदा ते हुण वेखो आपां नूं किवें मारने जाके। हुण इहनूं ते मार देने आ, पर जिहड़ा दूसरा बंदा आ पता नहीं किधरों आ गया, मैनूं कुछ नहीं पता लगा। उपरों जट्टों उहदे कोल हुंदी एम के ते एम के ने सिर्फ पहली गोली का साउंड आंदा, उस तो बाद कुछ नहीं पता लगता भी कि किधरों गोली पै रही है किधरों नहीं पै रही। पर उहदे विच आपां बेइज्जती बुस्ती करा के हुण आ जांदे आपां अगले मैच ते उहदे विच ते आपां बकरे नहीं बुला पाए, पर इहदे विच जरूर कोशिश करांगे भी कि आपां बकरे बुलाईए, क्योंकि जट्ट चिकन डिनर नहीं सीधा बकरे बुलाते हुंदे ने। हुण जट्टो इत्थे मिलटरी विच सिर्फ इक्को टीम आई हुंदी जिहड़ी कि बिल्कुल मेरे सामने टावर वाली साइड उतरी हुंदी है। हुण वेखो आपां नूं मिल गई इत्थे पचकारी गन ते नाल मिल जांदी इक M16 जिहड़ी कि बड़ी भुग्गी गन है। भुग्गी मतलब चप्पू, चप्पू मतलब टट्टी गन। ते हुण वेखो आपां किवें मारना। फिलहाल आपां इत्थे शुरुआत करने आं एक फ्री फायर दे प्लेयर तो, जाने कि मेरा पक्का यार वेली जिहनूं कि आपां स्टैल स्टूल च मार देने आं पीक पूक करके। हुण जिहड़ी कि बाकी टीम हुंदी आ उह चढ़ी हुंदी टावर ते, ते हुण वेखो आपां उहनूं किवें छिलने अगे जाके। हुण आपां अपने इत्थे पहले किल की शुरुआत करन तो बाद इत्थे हुण आपां माड़ी मोटी लूट करके हैलमेट वैसट ते आपां सीधा करांगे रश। हैलमेट ते मिल जांदा है, वैसट भी मिल जांदी है। ते इत्थे हुण आ जिहड़े मतलब सस्ते नशे करन वाले जिहड़े हुंदे ने, मतलब सस्ती बीड़ी पीण वाले, इन्हां नूं मैं कहा भी युगांडा तो बीड़ी मंगा के पीओ, पर मंगवा नहीं रहे, सस्ती बीड़ियां ते लगे हुए ने। हुण सस्ती बीड़ी पीण दा नतीजा यही हुंदा है ते इहनूं अजे उतरे ही सी ते नाल दी नाल आपां इहदा पटाका पाता। हुण इहदा पटाका पाण तो बाद हुण इहदे कोल सिर्फ इक हैल्थ किट हुंदी जिहड़ी कि वह भी इन्हों लाने वास्ते नसीब नहीं आती, वह भी आप तो खो लें। तो नाल होंगे कोकोला, कोकोला भी आप चक लें, नाल दिन आप चलने अगे जिहड़ी कि टावर वाली टीम आँदी। हुण वेखो उन्हां दा पटाका आप किवें पाने जाके। तो जिदा मैं इत्थे आना सामने मैनूं एक बंदा विकदा जो कि इत्थे लूट लाट करके अपने टोर नाल आ रहा हुंदा, तो इहनूं मारन तो बाद हुण इहदा जिहड़ा लास्ट टीममेट हुंदा वह टावर ते ही हुंदा, तो वह इन्ना लैग कर रहा हूँ, मतलब वेखो उपर खड़ा हो, उपर खड़ा हों उ मैं गोली मारना पर एकदम नीचे आ जाता। मतलब हूँ इन्हू नहीं पता जो तुम जो मर्जी करते रहो, लैग करो, भावें डांस करो, भावें नचो, भावें भंगड़ा करो, भावें हिप हॉप करो, जो मर्जी करो, पर जट इज़ वेरी कब्बा जिहड़ा बना देता भी मिनटा च डब्बा। मतलब जनता ने आप तो नशे किते किते ने, नाल उन्होंने इंटरनेट भी सस्ती बीड़ी पीन लग पे ने जिहड़े कि इन्ने माड़े चल रहे हैं अजकल। मेरा तो आप पहले गेम में बड़ा ही ज़्यादा नैट खराब जाता, पर अगे उस तो बाद हम मिलटरी खाली करने तो बाद सीधा आ जाने अपने घर, जाने की पुचिकी जिहड़ा कि अपना पिंड है। पर पिछे एक मैनू अपना पक्का यार वेली मिलता जिहड़ा कि मतलब मेरा बहुत ही वड्डा फैन हुंदा, मैनू मिलन आ रहा हुंदा, पर मैं इस टाइम बिजी हाँ तो इस करके मैं उन्होंने दूर ही हैलो हाई कर देना भी चंगा बाय। हुण इहनूं आपां आशीर्वाद दे के ते इहनूं मुक्ति दे के हुण आपां चलांगे अगे। हुण अगे पचीकी च हो रही होंगी फाइट जो कि बिल्कुल इतने कॉर्नर वाले घर पर हो रही होंगी, दो टीमों की एक टीम खत्म हो जाती है तो दूसरी टीम को हम असी मारांगे वेखो किवें। हुण जिदा ही असं इतने पहुँचने और टीम अपनी लूट पूट करके सीधा जा रही होंगी गड्डी ते। हुण आपां है गया कब्बे, उपरों है गया आपां टीठ, तो हुण आपां एवें सुक्के थोड़ी जान देवांगे। मतलब वो कल्ले कल्ले अपना लूट लैके चले ने, सानूं भी अपना हिस्सा चाहिए होंदा, पर वो जिदा ही गड्डी की आवाज़ सुनते हैं वो नाल दी नाल घर वाल मुड़ जाते हैं कि उन्होंने लगता भी कि आते बकरे बुलाने लगे ने साढ़े, पर उत्थे जाके वो नुक्कर से रुक जाते हैं। पर मेरा एक टीममेट वो एक टीममेट नॉक कर देता। हुण वेखो ऐ होंदे ने डुओ बंदे सिर्फ जिहड़े कि बहुत ही देर तो मार रहे होंदे ने, इन्हां दे किल फील्ड ते बहुत ही ज़्यादा नाम आ रहा होंदा, पर हुण इत्थे टाइम आ गया भी कि इन्हां दा भंगड़ा पवाया जाए चंगी तरह। हुण जिदा ही मेरा एक टीममेट उन्हां दा एक नॉक करता, मैं तो सीधा ओपन दे विच कर देना रश, पर इन्हें हो जाता रिवाइव। तो हुण मतलब ए तुसी नेड़ दस्यो, वह बिल्कुल दरवाजे के कोल आके बंदा खड़ जाता,
ਹੁਣ ਮੈਂ ਇੱਥੇ ਨੇੜ ਮਾਰਾਂਗਾ ਮਤਲਬ ਹੁਣ ਫਿਰ ਵੀ ਨੋਕ ਨਹੀਂ ਹੁੰਦਾ ਮਤਲਬ ਇੰਨੀ ਚੱਪੂ ਪਬਜੀ ਗੇਮ ਹੈ ਕਦੀ ਕਦੀ ਤਾਂ ਮੈਨੂੰ ਇੰਨਾ ਗੁੱਸਾ ਜਾਂਦਾ ਹੁਣ ਇੱਥੇ ਜਿੱਥੇ ਮੈਨੂੰ ਦੋਨੋਂ ਕਿਲ ਮਿਲਣੇ ਸੀ ਉੱਥੇ ਮੈਨੂੰ ਸਿਰਫ ਇੱਥੇ ਇੱਕ ਕਿਲ ਮਿਲਦਾ ਹੁਣ ਇੱਥੇ ਉਹ ਇੱਕਦਮ ਆ ਜਾਂਦਾ ਪਰ ਮੈਂ ਇੱਕਦਮ ਉਹਨੂੰ ਕੋਈ ਰਿਐਕਸ਼ਨ ਦੇ ਕੇ ਉਹਨੂੰ ਮਾਰ ਦੇਣਾ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਹੁਣ ਇੱਥੇ ਮੈਂ ਦੂਜੇ ਨੂੰ ਵੀ ਕਾਫੀ ਡੈਮੇਜ ਦੇਣਾ ਪਰ ਮੇਰਾ ਟੀਮਮੇਟ ਪਿੱਛੋਂ ਆ ਕੇ ਐਲਾ ਕਿਲ ਵੀ ਚੋਰੀ ਕਰ ਜਾਂਦਾ ਹੁਣ ਵਾਲੀ ਟੀਮ ਦਾ ਪਟਾਕਾ ਪਾਉਣ ਤੋਂ ਬਾਅਦ ਹੁਣ ਅਸੀਂ ਜਾਵਾਂਗੇ ਅੱਗੇ ਦੁਬਾਰਾ ਤੋਂ ਮਿਲਟਰੀ ਬੇਸ ਵਾਲੀ ਸਾਈਡ ਕਿਉਂਕਿ ਜ਼ੋਨ ਉੱਧਰ ਬਣ ਜਾਂਦਾ ਪਰ ਜਿੱਦਾਂ ਹੀ ਇੱਥੇ ਜਾ ਰਿਹਾ ਨਾ ਮੈਨੂੰ ਇੱਕ ਆਉਂਦੀ ਗੱਡੀ ਦੀ ਆਵਾਜ਼ ਜਿਹੜੀ ਕਿ ਬਿਲਕੁਲ ਸਾਡੀ ਰਾਈਟ ਹੈਂਡ ਸਾਈਡ ਦੇ ਪਿੱਛੇ ਆ ਰਹੀ ਹੁੰਦੀ ਹੋਏ ਅਤੇ ਹੁਣ ਵੇਖੋ ਇਹਨਾਂ ਨੂੰ ਕਿਵੇਂ ਚਿਲਣਾ ਹੁਣ ਸਿਰਫ ਦੋ ਬੰਦੇ ਹੁੰਦੇ ਨੇ ਹੁਣ ਮੈਨੂੰ ਲੱਗ ਜਾਂਦਾ ਪਤਾ ਵੀ ਇੱਧਰੋਂ ਹੀ ਜਾਣਗੇ ਹੁਣ ਵੇਖੋ ਅਤੇ ਹੁਣ ਜੇ ਤੁਹਾਨੂੰ ਸਪਰੇਅ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਹੁਣ ਪਿਛਲੇ ਮੈਚ ਇੰਨੀ ਬੇਇੱਜ਼ਤੀ ਕਰਾਉਣ ਤੋਂ ਬਾਅਦ ਮੈਂ ਸੋਚਿਆ ਥੋੜ੍ਹੀ ਵਧੀਆ ਸਪਰੇਅ ਕਰਕੇ ਵਿਖਾ ਦੀ ਜੱਟਾਂ ਨੂੰ ਨਹੀਂ ਤਾਂ ਇੱਦਾਂ ਦੇ ਇਹਨਾਂ ਨੇ ਲਾਈਕ ਕਰਨਾ ਨਹੀਂ ਹੈਗਾ ਪਰ ਜੇ ਤੁਹਾਨੂੰ ਸਪਰੇਅ ਵਾਕਈ ਅੱਛੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਅਤੇ ਹੁਣ ਵੇਖੋ ਇਹਨਾਂ ਦਾ ਸਿਰਫ ਇੱਕ ਬੰਦਾ ਰਹਿ ਜਾਂਦਾ ਜਿਹੜਾ ਕਿ ਉੱਥੇ ਬਣ ਜਾਂਦਾ ਸੱਪ ਅਤੇ ਸੱਪਾਂ ਤੋਂ ਮੈਨੂੰ ਬਹੁਤ ਹੀ ਜ਼ਿਆਦਾ ਯਾਰ ਚੜ੍ਹਦਾ ਅਤੇ ਇਸ ਤੋਂ ਪਹਿਲਾਂ ਕਿ ਉਹ ਸੱਪ ਬਣ ਕੇ ਕਿਸੇ ਨੂੰ ਦੱਸੇ ਆਪਾਂ ਉਸ ਤੋਂ ਪਹਿਲਾਂ ਜਾ ਕੇ ਓਪਨ ਦੇ ਵਿੱਚ ਜਿਵੇਂ ਰਾਮਾਇਣ ਦੇ ਵਿੱਚ ਮਾਰਦੇ ਨੇ ਤੀਰ ਆਪਾਂ ਸਿੱਧਾ ਮਾਰਨੇ M4 ਦੀ ਗੋਲੀ ਉਹਦੇ ਮੱਥੇ 'ਚ ਅਤੇ ਇਹਦਾ ਵੀ ਆਪਾਂ ਕਰ ਦਿੰਦੇ ਹਾਂ ਰਾਮ ਰਾਮ ਸੱਤਿਆ ਹੁਣ ਇਹ ਸੱਪਾਂ ਸੁੱਪਾਂ ਨੂੰ ਮਾਰਨ ਤੋਂ ਬਾਅਦ ਹੁਣ ਅਸੀਂ ਆ ਜਾਂਦੇ ਹਾਂ ਸਿੱਧਾ ਮਿਲਟਰੀ ਬੇਸ ਦੇ ਬ੍ਰਿਜ 'ਤੇ ਅਤੇ ਹੁਣ ਇੱਥੇ ਜੱਟੋ ਬਸ ਤੁਸੀਂ ਵੇਖੋ ਮਤਲਬ ਇੱਥੋਂ ਮਤਲਬ ਗੇਮ ਵੇਖਣ ਵਾਲੀ ਹੁਣ ਤੁਸੀਂ ਇੱਥੇ ਬਸ ਮੈਨੂੰ ਹੈੱਡਸ਼ੋਟ ਗਿਣ ਕੇ ਦੱਸਣੇ ਵੀ ਕਿ ਹੈੱਡਸ਼ੋਟ ਮੈਂ ਕਿੰਨੇ ਮਾਰੇ ਹੁਣ ਇੱਥੇ ਮੇਰਾ ਨੈੱਟ ਥੋੜ੍ਹਾ ਪ੍ਰੋਬਲਮ ਕਰ ਰਿਹਾ ਹੁੰਦਾ ਪਰ ਠੀਕ ਹੋ ਜਾਂਦਾ ਹੁਣ ਇੱਥੇ ਆ ਜਾਂਦੀ ਇੱਕ ਬੱਗੀ ਅਤੇ ਮੇਰਾ ਟੀਮਮੇਟ ਉਹਨਾਂ ਨੂੰ ਪਹਿਲਾਂ ਹੀ ਉੱਥੇ ਗੋਲੀ ਮਾਰ ਕੇ ਰੋਕ ਦਿੰਦਾ ਜੇ ਉਹ ਸਿੱਧਾ ਆ ਜਾਂਦੇ ਤਾਂ ਉਹਨਾਂ ਨੂੰ ਅਸੀਂ ਇੱਥੇ ਹੀ ਪਟਾਕਾ ਪਾ ਦੇਣਾ ਸੀ ਪਰ ਹੁਣ ਉੱਥੇ ਰੁਕ ਜਾਂਦੇ ਨੇ ਹੁਣ ਵੇਖੋ ਸਿੱਧਾ ਉਹਦਾ ਮੱਥੇ ਵਾਲੀ ਪਈ ਹੁਣ ਮਤਲਬ ਤੁਸੀਂ ਬਸ ਇੱਥੇ ਗਿਣੀ ਜਾਇਓ ਵੀ ਕਿ ਕਿੰਨੇ ਹੈੱਡਸ਼ੋਟ ਪੈਂਦੇ ਨੇ ਅਤੇ ਕਮੈਂਟ ਕਰਕੇ ਦੱਸਿਓ ਵੀ ਕਿ ਮੈਂ ਕਿੰਨੇ ਹੈੱਡਸ਼ੋਟ ਇੱਥੇ ਮਾਰੇ ਹੁਣ ਇੱਥੇ ਮੈਂ ਓਪਨ 'ਚ ਵੀ ਜਾਂਦਾ ਕਿਉਂਕਿ ਮੈਨੂੰ ਲੱਗਦਾ ਵੀ ਸਿਰਫ ਦੋ ਹੀ ਬੰਦੇ ਨੇ ਸ਼ਾਇਦ ਉਹਦਾ ਬੰਦਾ ਇੱਥੇ ਰੈਪ ਦੇ ਰਿਹਾ ਹੋਵੇ ਅਤੇ ਉਹਦਾ ਮੈਨੂੰ ਥੋੜ੍ਹਾ ਜਿਹਾ ਕੋਈ ਵੇਖ ਜਾਵੇ ਅਤੇ ਉਹਨੂੰ ਮੈਂ ਮਾਰਾਂ ਪਰ ਨਹੀਂ ਵਿਕਦਾ ਇੱਥੇ ਕੋਈ ਵੀ ਹੁਣ ਇਹਦੇ ਮੈਂ ਬੋਡੀ ਦਿੱਤਾ ਹੁਣ ਇੱਕ ਬੰਦਾ ਪਿੱਛੇ ਆ ਜਾਂਦਾ ਜਿਹੜਾ ਕਿ ਮੈਨੂੰ ਪਿੱਛੋਂ ਬਹੁਤ ਜ਼ਿਆਦਾ ਡੈਮੇਜ ਦਿੰਦਾ ਹੁਣ ਇੱਥੇ ਹੀਲ ਕਰਕੇ ਹੁਣ ਵੇਖੋ ਉਹਦਾ ਆਪਾਂ ਮੱਥਾ ਕਿਵੇਂ ਪਾੜਨੇ ਆ ਹੁਣ ਜਿੱਦਾਂ ਹੀ ਮੈਂ ਇੱਥੇ ਹੀਲ ਕੀਤਾ ਅਤੇ ਉਹਦਾ ਮੈਨੂੰ ਥੋੜ੍ਹਾ ਜਿਹਾ ਵਿਕਦਾ ਪੈਰ ਹੁਣ ਇੱਥੇ ਪੀਕ ਕਰ ਰਿਹਾ ਹੁੰਦਾ ਅਤੇ ਇਹ ਸਿੱਧਾ ਪੱਟ ਸੇ ਹੈੱਡਸ਼ੋਟ ਮਤਲਬ ਕੱਬੇ ਨੇ ਨਾਲ ਦੀ ਨਾਲ ਦੇ ਕੇ ਹੈੱਡਸ਼ੋਟ ਦੇ ਨਾਲ ਦੀ ਉੱਥੇ ਬਣਾ ਤਾ ਡੱਬਾ ਹੁਣ ਇਹ ਤੁਸੀਂ ਵੇਖ ਕੇ ਮੈਨੂੰ ਕਹਿਣਾ ਵੀ ਕਿ ਇਹ ਹੈਕ ਕਰੇ ਵੀ ਸਮੋਕ ਦੇ ਵਿੱਚ ਕਿਵੇਂ ਮਾਰਦਾ ਇਹਨੇ ਪਰ ਮੈਨੂੰ ਉੱਥੇ ਥੋੜ੍ਹਾ ਜਿਹਾ ਉਹਦਾ ਵਿਕਦਾ ਪਿਆ ਸੀ ਜਿਹੜਾ ਕਿ ਉਹ ਕੋਰਨਰ 'ਤੇ ਆ ਕੇ ਬੈਠਾ ਅਤੇ ਉਹਦੇ ਮੈਂ ਮੱਥੇ ਵਾਲੀ ਛੱਡੀ ਹੁਣ ਮਤਲਬ ਇਹਨਾਂ ਦੇ ਇੰਨੇ ਹੈੱਡਸ਼ੋਟ ਪੈਣੇ ਨੇ ਮਤਲਬ ਇੰਨੇ ਟੀਟ ਹੁੰਦੇ ਨੇ ਮੁੜ ਮੁੜ ਕੇ ਪੀਕ ਕਰੀ ਜਾਂਦੇ ਨੇ ਮਤਲਬ ਇਹਨਾਂ ਦਾ ਮੈਂ ਮੂੰਹ ਮੱਥਾ ਪੂਰਾ ਰੰਗ ਤਾ ਸੀ ਹੁਣ ਇੱਥੇ ਮੈਂ ਦੋਨੋਂ ਕਰਤੇ ਸੀ ਹੁਣ ਮੇਰੇ ਟੀਮਮੇਟ ਇੰਨੇ ਚਵਲ ਨੇ ਇੱਥੇ ਮਤਲਬ ਰੈਂਡਮ ਟੀਮਮੇਟ ਕਦੀ ਕਦੀ ਇੰਨਾ ਗੁੱਸਾ ਚੜਾਉਂਦੇ ਨੇ ਵੀ ਮਤਲਬ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਇਹਨਾਂ 'ਤੇ ਹੁਣ ਜਿੰਨੇ ਨੂੰ ਮੈਂ ਇਹਨਾਂ ਨੂੰ ਕਿਹਾ ਵੀ ਕਿ ਰਸ਼ ਕਰਨੇ ਆ ਉਹਨੇ ਨੂੰ ਉਹ ਵਾਲਾ ਦੂਸਰਾ ਪਤੰਦਰ ਬਸ ਸ਼ੋਟ ਮਾਰਨ 'ਚ ਬਿਜ਼ੀ ਸੀ ਇਹਨੇ ਨੂੰ ਦੁਬਾਰਾ ਰਿਵਾਈਵ ਹੋ ਜਾਂਦੇ ਨੇ ਅਤੇ ਇੱਥੇ ਮੈਂ ਫਿਰ ਉਹਨਾਂ ਦੇ ਮੱਥੇ 'ਤੇ ਛੱਡਣਾ ਹੁਣ ਇੱਥੇ ਟੋਟਲ 4 ਬੰਦੇ ਹੁੰਦੇ ਨੇ ਜਿਹੜੇ ਮੁੜ ਮੁੜ ਕੇ ਪੀਕ ਕਰੀ ਜਾਂਦੇ ਨੇ ਅਤੇ ਮੈਂ ਮੁੜ ਮੁੜ ਕੇ ਉਹਨਾਂ ਦਾ ਮੂੰਹ ਮੱਥਾ ਰੰਗੀ ਜਾਣਾ ਅਤੇ ਜੇ ਤੁਹਾਨੂੰ ਇਹ ਸਾਰੇ ਹੈੱਡਸ਼ੋਟ ਵਧੀਆ ਲੱਗੇ ਹੋਣ ਤਾਂ ਸਬਸਕ੍ਰਾਈਬ ਜ਼ਰੂਰ ਦੱਬਿਓ ਅਤੇ ਲਾਈਕ ਬਟਨ ਵੀ ਜ਼ਰੂਰ ਦੱਬਿਓ ਅਤੇ ਆਪਣੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਾ ਹੁਣ ਜਿੱਦਾਂ ਹੀ ਮੈਂ ਉਹਨਾਂ ਦਾ ਨੌਕ ਕਰਨਾ ਅਤੇ ਐਮ ਪਤੰਦਰਾਂ ਨੂੰ ਮੈਂ ਕਹਿੰਦਾ ਵੀ ਮੈਨੂੰ ਵੀ ਨਾਲ ਲੈ ਕੇ ਜਾਓ ਪਰ ਇਹ ਇਕੱਲੇ ਰਸ਼ ਕਰ ਦਿੰਦੇ ਨੇ ਅਤੇ ਇਹਨਾਂ ਦਾ ਜੇ ਰੁਕਦੇ ਵੀ ਨਹੀਂ ਹੈਗੇ ਅਤੇ ਇਹਨਾਂ ਦਾ ਨਾਲ ਦੀ ਨਾਲ ਉਹ ਮੋਰ ਬਣਾ ਦਿੰਦੇ ਨੇ ਉੱਥੇ ਮੋਰ ਛੱਡ ਕੇ ਮੈਂ ਕਹਿੰਦਾ ਉਹਨਾਂ ਦੀ ਮੋਰ ਨਹੀਂ ਬਣਾ ਦਿੰਦੇ ਨੇ ਮਤਲਬ ਜਦੋਂ ਸਹੀ ਟਾਈਮ ਸੀ ਰਸ਼ ਕਰਨ ਦਾ ਉਦੋਂ ਇਹਨਾਂ ਨੇ ਰਸ਼ ਨਹੀਂ ਕੀਤਾ ਹੈਗਾ ਅਤੇ ਜਦੋਂ ਸਿਰਫ ਉਹਨਾਂ ਦੇ ਇੱਕ ਨੌਕ ਸੀ ਅਤੇ ਉਦੋਂ ਇਹਨਾਂ ਨੇ ਰਸ਼ ਕਰਤਾ ਚੱਕ ਕੇ ਪਰ ਇੱਥੇ ਉਹ ਮਤਲਬ ਇੰਨੇ ਟੀਟ ਹੁੰਦੇ ਨੇ ਅਤੇ ਮੈਂ ਉੱਪਰੋਂ ਜ਼ਿਆਦਾ ਟੀਟ ਹੁੰਦਾ ਜਿਹੜਾ ਉਹਨਾਂ ਦਾ ਮੂੰਹ ਮੱਥਾ ਮਤਲਬ ਛਿੱਲ ਕੇ ਰੱਖ ਦੇਣਾ ਹੁਣ ਜਿੱਦਾਂ ਹੀ ਮੈਂ ਇੱਥੇ ਇਹਨਾਂ ਦੇ ਇੰਨੇ ਨੌਕ ਕਰਨਾ ਮੈਨੂੰ ਬ੍ਰਿਜ ਦੇ ਥੱਲੋਂ ਦੀ ਆਉਂਦੇ ਨੇ ਫੁੱਟ ਸਟੈਪ ਜਿਹੜੇ ਕਿ ਇੱਕ ਬੰਦੇ ਦੇ ਹੁੰਦੇ ਨੇ ਜਿਹੜਾ ਕਿ ਬ੍ਰਿਜ ਦੇ ਥੱਲੇ ਹੁੰਦਾ ਹੁਣ ਜਿਹੜਾ ਨੀਚੇ ਬੰਦਾ ਹੁੰਦਾ ਮੈਂ ਸਭ ਤੋਂ ਪਹਿਲਾਂ ਉਹਨੂੰ ਵੇਖਣ ਜਾਂਦਾ ਨੀਚੇ ਵੀ ਕਿਉਂਕਿ ਕਿਹੜੀ ਸਾਈਡ ਹੈ ਸ਼ਾਇਦ ਉਹਨੂੰ ਮੈਂ ਮਾਰ ਪਾਵਾਂ ਉੱਪਰ ਤੋਂ ਐਂਗਲ ਲੈ ਕੇ ਪਰ ਜੋ ਹੁਣ ਮੈਂ ਇੱਥੇ ਮੇਰੇ ਨਾਲ ਹੋਣ ਲੱਗਾ ਉਹ ਰੱਬ ਕਰਕੇ ਕਿਸੇ ਨਾਲ ਨਾ ਹੋਵੇ ਕਿਉਂਕਿ ਉਹ ਸਿਰਫ ਇੱਕ ਜਿਗਰੇ ਵਾਲਾ ਬੰਦਾ ਮੇਰੇ ਵਰਗੇ ਜਿਗਰੇ ਵਾਲਾ ਬੰਦਾ ਹੀ ਉਹ ਵਾਲਾ ਸਦਮਾ ਚੱਲ ਸਕਦਾ ਜੇ ਕੋਈ ਤੁਹਾਡੇ ਵਰਗਾ ਕੋਈ ਕਮਜ਼ੋਰ ਦਿਲ ਹੋਵੇਗਾ
ਉਹਨੂੰ ਹਾਰਟ ਅਟੈਕ ਵੀ ਆ ਸਕਦਾ ਓਲਾ ਸਦਮਾ ਲੈ ਕੇ। ਹੁਣ ਜਿੱਦਾਂ ਹੀ ਮੈਂ ਇੱਥੇ ਬੈਠਾ ਹੁੰਦਾ ਉਹ ਬੰਦਾ ਉੱਪਰ ਆ ਜਾਂਦਾ ਲੈਫਟ ਤੋਂ, ਹੁਣ ਉਹ ਮੈਨੂੰ ਵਿਖਦਾ ਵੀ ਹੈ, ਬਸ ਮੈਂ ਉਹਨੂੰ ਮਾਰਨਾ ਹੀ ਲੱਗਣਾ, ਹੁਣ ਵੇਖੋ ਫਿਰ ਅੱਗੇ ਮੇਰੇ ਨਾਲ ਕੀ ਹੁੰਦਾ। ਉਹ ਆਇਆ ਬੰਦਾ, ਹੁਣ ਮਤਲਬ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਿ ਐਂ ਕਦੋਂ ਮੇਰੇ ਕੋਲ ਆ ਕੇ ਇੱਥੇ ਇੰਨਾ ਤਗੜਾ ਸੱਪ ਬਣ ਗਿਆ। ਪਰ ਖੈਰ ਜਿੱਦਾਂ ਵੀ ਸੀ, ਅੱਜ ਦਾ ਚਿਕਨ ਡਿਨਰ ਨਹੀਂ ਹੋ ਪਾਇਆ। ਇਹ ਮੇਰਾ ਇੰਸਟਾਗ੍ਰਾਮ ਹੈ, ਇੱਥੇ ਫੋਲੋ ਕਰ ਲਿਓ ਜੱਟੋ। ਥੈਂਕ ਯੂ ਜੁਆਇਨ ਹੋਣ ਵਾਸਤੇ।